ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਇੱਕ ਪਾਸੇ ਤਾਂ ਜਿੱਥੇ ਪੂਰਾ ਦੇਸ਼ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾ ਰਿਹਾ ਸੀ, ਉੱਥੇ ਹੀ ਡੀ ਕਲਾਸ 4th ਕਰਮਚਾਰੀ ਯੂਨੀਅਨ ਅਤੇ ਆਸ਼ਾ ਵਰਕਰ ਯੂਨੀਅਨ ਇਸ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਪੰਜਾਬ ਸਰਕਾਰ ਨੂੰ ਘੋਸ ਰਹੇ ਸਨ। ਇਸ ਦੌਰਾਨ ਸਮੂਹ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਗਈ ਹੈ। ਉਹਨਾਂ ਕਿਹਾ ਕਿ ਨਾ ਤਾਂ ਅਜੇ ਤੱਕ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ ਅਤੇ ਨਾ ਹੀ DA ਦੀ ਬਕਾਇਆ ਰਾਸ਼ੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਸੂਬਾ ਕਮੇਟੀ ਵੱਲੋਂ ਕਾਲ ਸੀਗੀ 25 ਅਤੇ 26 ਤਰੀਕ ਨੂੰ ਪੀਪੇ ਖੜਕਾ ਕੇ ਕੈਪਟਨ ਸਰਕਾਰ ਦੀ ਜਿਹੜੀ ਪੋਲਾਂ ਖੋਲੀਆਂ ਨੇ ਅਤੇ ਇਹਨਾਂ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਇਹਨਾਂ ਨੂੰ ਅਸੀਂ ਪੀਪੇ ਖੜਕਾ ਕੇ ਜਗਾਉਣਾ ਸੀਗਾ। ਜਿਵੇਂ ਕਿ ਅਸੀਂ ਕੱਲ੍ਹ ਦਾ ਐਕਸ਼ਨ ਪੂਰਾ ਜ਼ੋਰਾਂ ਸ਼ੋਰਾਂ ਨਾਲ ਕੀਤਾ, ਪ੍ਰਸ਼ਾਸਨ ਹਿੱਲਿਆ ਪਿਆ ਸੀ ਸਾਰਾ, ਪਰ ਸਾਨੂੰ ਸਵੇਰ ਤੋਂ ਲੈ ਕੇ ਹੁਣ ਸਾਨੂੰ 10 ਵਜੇ ਤੋਂ ਲੈ ਕੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀਗਾ ਮੰਤਰੀ ਸਾਹਿਬ ਨੂੰ ਤੁਹਾਡਾ ਮੰਗ ਪੱਤਰ ਦਵਾ ਕੇ ਤੁਹਾਡੀ ਗੱਲਬਾਤ ਕਰਾਵਾਂਗੇ, ਸਾਡੀ ਲੀਡਰਸ਼ਿਪ ਨੂੰ ਭਰੋਸਾ ਦਵਾ ਕੇ ਸਾਨੂੰ ਲੈ ਕੇ ਗਏ ਇੱਥੋਂ 10:30 ਵਜੇ ਦੇ ਲੈ ਕੇ ਗਿਆ ਹੈ ਪ੍ਰਸ਼ਾਸਨ। ਹੁਣ 1 ਵਜ ਗਿਆ, 1 ਵਜੇ ਤੱਕ ਸਾਨੂੰ ਕੋਈ ਮੰਗ ਪੱਤਰ ਸਾਡਾ ਮੰਤਰੀ ਨੂੰ ਨਹੀਂ ਦਵਾਇਆ ਗਿਆ, ਸਾਨੂੰ ਸਰਕਟ ਹਾਊਸ ਲਿਜਾ ਕੇ ਉੱਥੇ 2-3 ਘੰਟੇ ਸਾਡਾ ਖਰਾਬ ਕੀਤਾ ਗਿਆ, ਸਾਡੇ ਐਕਸ਼ਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਸਾਡਾ ਐਕਸ਼ਨ ਕਮਜ਼ੋਰ ਬਿਲਕੁਲ ਨਹੀਂ ਹੋਏਗਾ, ਇਹ ਕੈਪਟਨ ਸਰਕਾਰ ਦਾ ਭੁਲੇਖਾ ਹੈ। ਅਸੀਂ ਮੰਗ ਕਰਦੇ ਹਾਂ ਇੱਥੋਂ ਕੈਪਟਨ ਸਰਕਾਰ ਨੂੰ, ਮੁਲਾਜ਼ਮਾਂ ਦੀ ਮੰਗਾਂ ਜਲਦ ਤੋਂ ਜਲਦ ਮੰਨੋ, ਨਹੀਂ ਤਾਂ ਅੱਜ ਇਹ ਥੋੜ੍ਹਾ ਜਿਹਾ ਜਿਹੜਾ ਸਾਨੂੰ ਲਾਰਾਬਾਜ਼ੀ ਲਾ ਕੇ ਥੋੜ੍ਹਾ ਜਿਹਾ ਸਾਡਾ ਜਿਹੜਾ ਪ੍ਰੋਗਰਾਮ ਡਿਲੇ ਵੀ ਹੋ ਗਿਆ, ਲੇਟ ਹੋ ਗਿਆ, ਥੋੜ੍ਹੇ ਸਾਥੀ ਵੀ ਸਾਡੇ ਘੱਟ ਗਏ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਲਾਰੇ ਲੱਪਿਆਂ ਦੇ ਵਿੱਚ ਆਉਣ ਵਾਲੇ ਨਹੀਂ ਹਾਂ, ਸਾਨੂੰ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਇਹ ਝੂਠਿਆਂ ਦੀ ਸਰਕਾਰ ਹੈ, ਲਾਰਿਆਂ ਦੀ ਸਰਕਾਰ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।